ਅਸਲਾਮੁਆਲਿਕਮ ਉਰ ਰahmatullahi ਬਾਰਕਾਤੋ ਕੀ ਹਾਲੇ ਲਗਦਿਆਂ ਲਿੰਦਿਆਂ ਦਾ ਸੱਜਣਾ ਬੇਲੀਆਂ ਦਾ ਮੋਸਨਾ ਦਾ ਬਜ਼ੁਰਗਾਂ ਦਾ ਸਾਰੇ ਠੀਕ ਹੋ ਗੱਲ ਮੈਂ ਬੜੀ ਜ਼ਬਰਦਸਤ ਕਿਸਮ ਦੀ ਕਰੂੰਗਾ ਗੱਲ ਇਹ ਮੈਂ ਕਰਨੀ ਹੈ ਕਿ ਜਿਹੜੇ ਮਜ਼ਾਰਾਕ ਰਾਤ ਹੋ ਰਹੇ ਹਨ ਪੀਡੀਐਮ ਦੇ ਤੇ ਪੀਟੀਆਈ ਦੇ ਉਹ ਖਤਮ ਸੁਣਿਆ ਹੋ ਗਏ ਕਿ ਕੋਈ ਨਹੀਂ ਉਹਦੀ ਕੋਈ پیشਰਫਤ ਨਹੀਂ ਹੋਈ ਕਿਉਂਕਿ ਹਰ ਬੰਦਾ ਆਪਣੇ ਦਾਅਵੇ ਤੇ ਆਪਣੇ ਹਸਾਬੇ ਚ ਗੁਆਰਦਾ ਕੋਈ ਮੁਲਕ ਵਾਸਤੇ ਆਪਣੇ ਕੋਈ ਇੰਦਾ ਨਹੀਂ ਕਰਦੇ ਕਿ ਉਹ ਈਟੇ ਸਬਕ ਨੂੰ ਨਾਲ ਚੁੰਡ ਕੇ ਗੱਲੇ ਆ ਚੰਗੇ ਜਣੇ ਜਿਹੜੇ ਆਣਨਾ ਉਹਨਾਂ ਨਾਲ ਇਲੈਕਸ਼ਨ ਜਿਤਾਜ ਤੂ ਕਿ ਅਜ਼ਾ ਸਾਡੀ ਆਵਾਮ ਨੇ ਗੱਲ ਆਵਾਮ ਦੀ ਕਰਨੀ ਐ ਅਸੀਂ ਆਵਾਮ ਚੋਂ ਆ ਤੇ ਆਵਾਮ ਦੀ ਗੱਲ ਕਰਨੀ ਕੋਈ ਕਿਸੇ ਸਿਆਸੀ ਪਾਰਟੀ ਨਾਲ ਮਾਮਲਾ ਨਹੀਂ ਕਰਨਾ ਨਾ ਕੋਈ ਤੱਲਕ ਏ ਜਦੋਂ ਵੀ ਕੋਈ ਸੜ ਕੇ ਗੱਲ ਕਰੀ ਦੀ ਸਿਰਫ ਆਵਾਮ ਦੀ ਕਰੀ ਦੀ ਕੋਈ ਪਾਰਟੀ ਚਾਰਟੀ ਕੋਈ ਕਿਸੇ ਕਿਸਮ ਦੀ ਨਹੀਂ ਅੱਲਾਹ ਤਾਲਾ ਪਾਰਟੀਆਂ ਨੂੰ ਜ਼ਿੰਦਗੀ ਦੇਵੇ ਤੇ ਪਾਰਦੇ ਨਹੀਂ ਕੋਈ ਮਤਲਬ ਹੈ ਪਾਰਟੀ ਲੋਡ ਹੀ ਨਹੀਂ ਸਾਡਾ ਆਪਣਾ ਕਮਾਓ ਤੇ ਆਪਣਾ ਖਾਓ ਤੇ ਅੱਲਾ ਲੱਕ ਲੋ ਰੱਬ ਨਾਲ ਲੋ ਲਗਾ ਲੋ ਰੱਬ ਦੁਆਨ ਦੇਵੇ ਦਾ ਤੇ ਤੁਹਾਡਾ ਮਾਮਲਾ ਚੱਲਣ ਦੇ ਤੇ ਰਜ਼ਕ ਵੀ ਹੋਈ ਰਜ਼ਕ ਵੀ ਹੋਈ ਇਹ ਤੇ ਮਹਿੰਗਾਈ ਸਸਤਾਈ ਦਾ ਮੁਕਾਬਲਾ ਕਰਨ ਵਾਸਤੇ ਰੱਬ ਉੱਤੇ ਤਵੱਜੋ ਦੇਓ ਤੇ ਅੱਲਾਹ ਤਾਲਾ ਤੁਹਾਡੇ ਰਸਤੇ ਖੋਲ ਜਾਂਦਾ ਤੇ ਦਰਵਾਜ਼ੇ ਮਤਲਬ ਹੈ ਕਿ ਤੁਹਾਨੂੰ ਛੱਪੜ ਫਾੜ ਕੇ ਦਿੰਦਾ ਸਿਰਫ ਰੱਬ ਉੱਤੇ ਮਵਰਾ ਅੱਛਾ ਗੱਲ ਮੈਂ ਕਰੀ ਮਜ਼ਾਕਰਾਤ ਜੇ ਨਾਲ ਉਹ ਨਕਾਮ ਹੋ ਗਏ ਹੁਣ ਮਜ਼ਾਕਰਾਤ ਕੋ ਨਹੀਂ ਹੁਣ ਕੋ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਗੱਲ ਕਰਨਾ ਮੈਂ ਇਹ ਆ ਕਿ ਜਿਹੜੇ ਇਮਰਾਨ ਨੂੰ ਇਹ ਆਪੇ ਚ ਇਹਨਾਂ ਦੇ ਮਾਮਲੇਅਤ ਨਹੀਂ ਚੱਲਦੇ ਫਿਰ ਸੱਡੀ ਆਵਾਮ ਨੂੰ ਨਾ ਕੀ ਚੁਰਕ ਕਰਨਾ ਸਾਡੇ ਅਸੀਂ ਛੋਟੇ ਮੋਟੇ ਜਿਹੜੇ ਝਗੜੇ ਨਿੱਕੇ ਹੁੰਦੇ ਥੋਲੇ ਥੱਲੇ ਹੁੰਦੇ ਜਿਹੜੇ ਮਤਲਬ ਇਹ ਥੱਲੇ ਲੈਵਲ ਤੇ ਕੋਈ ਸੁਲਾ ਕਰਨ ਵਾਲਾ ਨਹੀਂ ਜਾਂ ਕਿ ਮੌਜਦਾ ਖਤਰ ਨਹੀਂ ਚੱਲਦਾ ਉਹ ਮਾਮਲਾ ਅਜ਼ੀ ਕਰਦਾ ਇਹ ਉਤਲੇ ਹੀ ਨਹੀਂ ਅਸਲ ਚ ਉਤਲੇ ਹੀ ਨਹੀਂ ਚੱਲਣਾ ਤੇ ਕਿਵੇਂ ਚੱਲਣਾ ਇਸ ਤਰ੍ਹਾਂ ਨਹੀਂ ਹੁੰਦਾ ਮਫਾਮਤ ਵਾਲਾ ਮਾਮਲਾ ਚ ਰਹੀਦਾ ਹੈ ਪੋਜ਼ਿਟਿਵ ਸੋਚ ਕੇ ਚੱਲੀਦਾ ਹੈ ਕੋਈ ਲਚਕ ਪੈਦਾ ਕਰਕੇ ਚਲੀ ਦੀਏ ਮੁਲਕ ਦੀ ਸਾਲਮੀਅਤ ਵਾਸਤੇ ਮਿਸਾਲ ਦੇ ਤੌਰ ਤੇ ਪਿੰਨਾਂ ਚ ਨਹੀਂ ਕਰਾਂਦੀ ਲੜਾਈਆਂ ਹੁੰਦੀਆਂ ਤੋ ਆਦਨ ਯਾਰ ਘਰ ਬਚਾਣਾ ਯਾਰ ਇੱਜ਼ਤ ਬੇਸ ਦਾ ਮਸਲਾ ਹੈ ਘਰ ਘਰ ਵੇਖੋ ਨਾ ਬਦਬਾਰ ਪਤਾ ਲੱਗਿਆ ਤਾਂ ਬਿਸਤੀ ਹੋਵੇ ਤੇ ਬੜੀ ਮਾੜਾ ਲੱਗਦਾ ਨਹੀਂ ਕਰਨਾ ਚਾਹੀਦਾ ਨਾ ਕਰੋ ਮਤਲਬ ਇੱਥੇ ਮਿੱਟੀ ਪਾਓ ਨੁਕਸਾਨ ਕਰਦਾ ਵੇ ਜਦ ਦਾ ਨੁਕਸਾਨ ਕਰ ਲੈਂਦਾ ਕੋ ਫਾਇਦਾ ਕਰਨਾ ਤਾਂ ਮਾਮਲਾਤ ਹੋ ਜਾਂਦੇ ਅੱਛਾ ਉਸ ਤੋਂ ਬਾਅਦ ਆ ਜਾਂਦੇ ਨੇ ਮਤਲਬ ਪਿੰਡਾਂ ਦੇ ਪਿੰਡ ਦੂਸਰੇ ਪਿੰਡਾਂ ਨਾਲ ਉਹ ਵੀ ਇੰਜ ਹੀ ਕਰਦੇ ਨੇ ਔਰ ਕਿਸੇ ਡਿਪਾਰਟਮੈਂਟ ਚ ਤੋਂ ਉੱਥੇ ਵੀ ਕੋਈ ਝਗੜਾ ਹੋਵੇ ਤਾਂ ਆਦਨ ਜੀ ਨਹੀਂ ਇਹ ਛੱਡੋ ਆਪਣੇ ਦਫ਼ਤਰ ਦਾ ਮਾਮਲਾ ਨਾ ਕਰੋ ਇਸੇ ਤਰ੍ਹਾਂ ਇਹਨਾਂ ਨੂੰ ਚਾਹੀਦਾ ਕਿ ਆਖਣ ਪਾਕਿਸਤਾਨ ਦਾ ਮਾਮਲਾ ਜਿਹਦੇ ਚ ਬਿਹਤਰੀ ਆਉਂਦੀ ਹੈ ਉਹ ਬਿਹਤਰੀ ਕਰੋ ਜਿੱਦੇ ਚ ਮਤਲਬ ਇੱਕ ਸਨ ਨੁਕਸਾਨ ਉਹ ਛੱਡ ਦਿਓ ਇਹਨਾਂ ਮਤਲਬ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਕਿ عمران ਕੋਈ ਵੀ ਹੋਵੇ ਅਸਲ ਲਾਲਚ ਇਹਨਾਂ ਜਿਹੜਾ ਕੁਰਸੀ ਦਾ ਇਹ ਬੜਾ ਬੜਾ ਹੈ ਕਿ ਜਿਹੜਾ ਹਰ ਬੰਦਾ ਇਹ ਕਹਿੰਦਾ ਹੈ ਕਿ ਮੈਂ ਆਹ ਹੁਮਾ ਚਾਹਾਂ ਤਾਂ ਮੈਂ ਹੀ ਸਹੀ ਕਰ ਸਕਦਾ ਦੂਜਾ ਬੰਦਾ ਨਹੀਂ ਕਰ ਸਕਦਾ ਮੈਂ ਇਹ ਨਾ ਕਿ ਤੁਸੀਂ ਡਿਲੀਵਰ ਕਰਨਾ ਹੈ ਨਾ ਤੁਹਾਡਾ ਮੇਰਾ ਕਹਿਣਾ ਹੈ ਕਿ ਤੁਹਾਡਾ ਕੋਸ਼ਿਸ਼ ਇਹ ਕਿ ਤੁਸੀਂ ਸੱਚੇ ਦਿਲ ਨਾਲ ਪਾਕਿਸਤਾਨ ਨਾਲ ਪਿਆਰ ਕਰਦੇ ਹੋ ਔਰ ਤੁਸੀਂ ਮਿਹਨਤ ਕਰਦੇ ਹੋ ਦਿਨ ਰਾਤ ਆਪਣੀ ਕੋਈ ਪ੍ਰੋਟੋਕੋਲ ਆਪਣੀ ਕੋਈ ਇੱਜ਼ਤ ਬਸਾਂ ਬਧਿਆਖਣ ਕੇ ਵਜ਼ੀਰ ਹੈ ਜਾਂ ਦੂਜਾ ਤੀਜੇ ਇਹ ਨਹੀਂ ਨਾ तो बंद मेरे ख्याल से कोई बंदा इलेक्शन लड़े ही ना जिस क्योंकि काम बड़ा मुश्किल है सियासत काम ज मैं बड़े करीब तो देख बड़ा मुश्किल काम है ये चौबी घंटे का काम है और सब तो मुश्किल जाब है और सियासतदान जो इन्होंने सबर और हिम्मत जी इन्हों ने अल्ला तला दी है सारा निज़ाम इन्हें चलाया पैसा खर्च करना है दूजा रात दिन मतलब अपनी मर्जी ना इन्होंने है ही कोई ना ਤੇ ਗੱਲ ਉਹ ਮਤਲਬ ਜਿਹੜੀ ਪੋਜ਼ਿਟਿਵ ਚੀਜ਼ਾਂ ਗੱਲਾਂ ਕਰਨੀਆਂ ਚਾਹੀਦੀਆਂ ਜਿਹੜੀਆਂ ਚੰਗੀਆਂ ਨੇ ਉਹ ਵੀ ਕਰਨੀਆਂ ਚਾਹੀਦੀਆਂ ਜਿਹੜਾ ਕੋਈ ਫਰਕ ਰਗੇ ਤਾਂ ਵੀ ਆਖਿਆ ਕਰ ਲਓ ਬਾਕੀ ਨੈਗੇਟਿਵ ਦੀ ਲੋੜ ਨਹੀਂ ਕਿ ਕਿਸੇ ਬੰਦੇ ਨੂੰ ਪਰੇਸ਼ਾਨ ਕਰਨਾ ਹਿਟ ਕਰਨਾ ਕਿਸੇ ਨੂੰ ਨੁਕਸਾਨ ਦੇਣਾ ਜਾਂ ਕਿਸੇ ਦੀ ਜ਼ਾਤ ਤੇ ਇਹ ਬੜਾ ਗਲਤ ਗੱਲ ਹੈ ਕਿਸੇ ਨੂੰ ਮਤਲਬ ਪੋਜ਼ਿਟਿਵ ਗੱਲਾਂ ਕਰੋ ਬਿਹਤਰੀਏ ਗੱਲਾਂ ਕਰੋ ਤਾਂ ਕਿ ਅਸੀਂ ਬਿਹਤਰ ਹੋਈਏ ਗੱਲ ਇਹ ਕਰਨੀ ਹੈ ਗੱਲ 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 ਮਤਲਬ ਅੱਜ ਤੇ ਇਹ ਜਿਹੜਾ ਇਹ ਮੈਂ ਗੱਲ ਪਿਆ ਕਰਨਾ ਸਿਰਫ ਇਸ ਦੀ ਗੱਲ ਕਰਨਾ ਕਿ ਮੁਜ਼ਾਕਰਾਤ ਨਾ ਕਾਮ ਹੋਗੇ ਨਾ ਕੋਈ ਮਤਲਬ ਕੋਈ ਹੱਲ ਨਹੀਂ ਨਹੀਂ ਕਿ ਕਿਹੜਾ ਕਿਹੜੀ ਗੱਲ ਹੈ ਮੈਂ ਨਾ ਕਿ ਕਿਹੜਾ ਮਾਮਲਾ ਜਿਹਦੇ ਵਿੱਚ ਹੱਲ ਨਹੀਂ ਹਰ ਮਾਮਲੇ ਦਾ ਹੱਲ ਹੁੰਦਾ ਹੈ ਤੇ ਉਹਦਾ ਹੱਲ ਕੱਢਣਾ ਚਾਹੀਦਾ ਹੱਲ ਕੱਢ ਕੇ ਤੇ ਦੱਸਣਾ ਚਾਹੀਦਾ ਹੱਲ ਕੱਢ ਲਿਆ ਸਾ ਗੱਲ ਇਹ ਕਿ ਥੱਲੇ ਵਾਲਾ ਫਿਰ ਜਿਹੜੇ ਨਾ ਸਾ ਮਤਲਬ ਹੈ ਸਾ ਆਵਾਮ ਜਿਹੜੇ ਆ ਸਾਡਾ ਕੀ ਹੋਣਾ ਸਾਡਾ ਇਹ ਆਪੇ ਚ ਉੱਤੇ ਮਤਲਬ ਝਗੜੇ ਨਹੀਂ ਕਮੁਖ ਦੇ ਫਿਰ ਸਿਆਸੀ ਪਾਰਟੀਆਂ ਦੇ ਤੇ ਸਾਨੂੰ ਨਾ ਸਾਡੇ ਹੀ ਨਾ ਸਾਰੇ ਮਾਮਲੇ ਸਾਡੇ ਨਾਲ ਕੀ ਕਰਦੇ ਨੇ ਇਹਨਾਂ ਸਨ ਤਕਸੀਮ ਕਰ ਜਿਹੜਾ ਸਰੀਆ ਆਪੇ ਚ ਸੀ ਇੱਕ ਦੂਜੇ ਨੂੰ ਵੇਖ ਨਾ ਸਕਦੇ ਸਿਆਸਤ ਚ ਅਸੀਂ ਆ ਨਾ ਕਿ ਫਲਾਣਾ ਸਿਆਸੀ ਆਂ ਇਹ ਮੇਰਾ ਫਲਾਣੀ ਪਾਰਟੀ ਮੇਰੀ ਫਲਾਣੀ ਪਾਰਟੀ ਯਾਰ ਲਗਦੇ ਲਿੰਦੇ ਹੋ ਇੱਕ ਇਲਾਕੇ ਦੇਓ ਘਰੇ ਦੇਓ ਘਰਾਂ ਦੇ ਵਿੱਚ ਉਹ ਘਰਾਂ ਚ ਪਰਸਲੇ ਬਣ ਗਏ ਇਹ ਛੱਡ ਦਿਓ ਮੈਂ ਬਾਰ ਬਾਰ ਮੈਂ ਆ ਕੇ ਵੀਡੀਓ ਹੀ ਬਣਾਈਆਂ ਮੈਂ ਨਾ ਕਿ ਇਹ ਛੱਡ ਦਿਓ ਬਿਲਕੁਲ ਮੁਹੱਬਤ ਇਖਲਾਸ ਪਿਆਰ ਮੁਹੱਬਤ ਮਸੀਤਾਂ ਦੁਆਵਾਂ ਨਫਲਾਂ ਔਰ ਇੱਕ ਦੂਜੇ ਦਾ ਖਿਆਲ ਔਰ ਮਾੜਿਆਂ ਦਾ ਖਿਆਲ ਉਹਨਾਂ ਦੇਓ ਐ ਜਿਵੇਂ ਕਣਕਾਂ ਦਾ ਮੌਸਮ ਐ ਕਣਕ ਚਾਹੀਏ ਆਪਣਾ ਕੜਗ ਦਿਓ ਜਿਹਨਾਂ ਦੇ ਨਹੀਂ ਕੜਾ ਕੋ ਨਾਂ ਕੜਗ ਦਿਓ ਉਸ ਤੋਂ ਬਾਅਦ ਆਪਣਾ ਸਾਰੇ ਮਾਮਲੇ ਕਰੋ ਗਰੀਬ ਗੁਰਬਾ ਚੰਗਾ ਮਾੜਾ ਗੈਰ ਕਾਸ਼ਕਰ ਗੈਰ ਕਾਸ਼ਕਰ ਸਾਰੇ ਮੁਹੱਬਤ ਪਿਆਰ ਨਾਲ ਰੋ ਤੇ ਰੱਬ ਵੇਖਿਆ ਕਿ ਕਿੰਨਾ ਕਰਮ ਕਰਦਾ ਉਹ ਛੱਪਰ ਫਾੜ ਕੇ ਦਿੰਦਾ ਆਪਣੇ ਬੱਚੇ ਪਾਲੋ ਬੱਚਿਆਂ ਪੜਾਓ ਬੱਚਿਆਂ ਅੱਛੇ ਇਨਸਾਨ ਬਣਾਓ ਬੱਚਿਆਂ ਟਾਈਮ ਦਿਓ ਇਹ ਚੀਜ਼ਾਂ ਜਿਹੜੀਆਂ ਨੇ ਸਿਆਸਤ ਜਿਹੜੀ ਇਹ ਵੀ ਇੱਕ ਮਤਲਬ ਜ਼ਰੂਰੀ ਹੈ ਸਿਆਸਤ ਬਗੈਰ ਨਿਜ਼ਾਮ ਚੱਲਦਾ ਨਹੀਂ ਲੇਕਿਨ ਇਹ ਆਪੇ ਝਗੜੇ ਜਿਹੜੇ ਨਾ ਇਹ ਇਹਨਾਂ ਦਾ ਕੋਈ ਫਾਇਦਾ ਨਹੀਂ ਝਗੜੇ ਨਹੀਂ ਕਰਨੇ ਕੋਈ ਜੋ ਮਰਜ਼ੀ ਹੋ ਜਾ ਝਗੜੇ ਨਹੀਂ ਕਰਨੇ ਪਿਆਰ ਮੁਹੱਬਤ ਇੱਕ ਲਾਖੇ ਦੇਖੋ ਨਾ ਬਿਲਕੁਲੀ ਨਾ ਮੈਂ ਵੀ ਨਾ ਕਿ ਇੰਜ ਕਰਨਾ ਕਿ ਇੱਕ ਤੇ ਇਹ ਮਤਲਬ ਜਣੇ ਜਿਹੜੇ ਨਾ ਮਤਲਬ ਦੂਜੇ ਦੀ ਗੱਲ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਬਸ ਐਸੀ ਫਲਾਣਾ ਜਾਂ ਫਲਾਣਾ ਉਹ ਆਪਣੀ ਜਾਈ ਸਕੂਲ ਨਾ ਬੈਠੇ ਦੋਨ ਤੁਸੀਂ ਆਪੇ ਝਗੜਾ ਲੱਗੇ ਉਹ ਕਿਹੜੀ ਲੋੜ ਹੈ ਕਰਨੇ ਦੀ ਪਿਆਰ ਮੁਹੱਬਤ ਦੇਖ ਦੂਜੇ ਨੂੰ ਫਿਰ ਤੁਸੀਂ ਇੱਕ ਕਿਸੇ ਬੰਦੇ ਨੂੰ ਤਕਲੀਫ ਦਿਓਦੇ ਕਿਸੇ ਬੰਦੇ ਗਲਤ ਕਰਾਉਦੇ ਉਹਦਾ ਦਿਲ ਸੜੇ ਦਾ ਉਹਦਾ ਰੂਹ ਰਾਜ਼ ਹੋਵੇ ਦੀ ਉਹ ਤੁਹਾਡੀ ਧੂ ਵੀ ਰਾਜ਼ ਹੋਈ ਜਿਹੜਾ ਤੁਸੀਂ ਸਾੜਿਆ ਇਸ ਵਾਸਤੇ ਰੂਹ ਨਾਲ ਪਿਆਰ ਕਰੋ mohabbat ਕਰੋ ਖੁਸ਼ਬਾਸ਼ ਰਹੋ ਇਹ ਹੀ ਸਬਕ ਹੈ ਇਹ ਦੁਨੀਆ ਹੈ ਇਹ ਆਖਰਤ ਹੈ ਤਾਂ ਕਿ ਅਸੀਂ ਦੁਨੀਆ ਤੋਂ ਕਾਮਯਾਬੀ ਦੇ ਤਰੀਕੇ ਨਾਲ ਬਿਹਤਰੀਨ ਤਰੀਕੇ ਨਾਲ ਆਖਰਤ ਅਲ ਜਾਈਏ ਕਿਉਂਕਿ ਦੁਨੀਆ 'ਚ ਅਸੀਂ ਇਹ ਦੁਨੀਆਦਾਰ ਬਣੇ ਰਹਿਵਾਂ ਦੇ اشتਾਨ ਨਾ ਨਫਸ ਵਾਲਾ ਮਾਮਲਾ ਰਵੇਦਾ ਤੇ ਅਸੀਂ ਦੁਨੀਆ ਤੇ ਵੀ ਪਰੇਸ਼ਾਨ ਕਰਾਂ ਦੇਖ ਦੂਸਰੇ ਰੂਹਨ ਤਕਲੀਫ ਦੇਵਾਂ ਦੇ ਅੱਗੇ ਜਾ ਕੇ ਵੀ ਇੰਜ ਹੋਦਾ ਤੂੰ ਤਕਲੀਫ ਨਹੀਂ ਦੇਣੀ ਮੁਹੱਬਤ ਪਿਆਰ ਕੋਈ ਗਲਤੀ ਮੈਂ ਮੈਂ ਨਹੀਂ ਕਹਦਾ ਕਿ ਮੈਂ ਬੜਾ ਫਲਾਸ ਹੋ ਰਹਾ ਮੈਂ ਵੀ ਹਜ਼ਾਰਾਂ ਗਲਤੀਆਂ ਕਰਨਾ ਲੇਕਿਨ ਕੁਝ ਜਿਸ ਗਲਤੀ ਕਰੀ ਦੀ ਬਾਅਦ ਪਛਤਾਵਾ ਦਾ ਯਾਰੇ ਗਲਤੀ ਕੀਤੀ ਤੇ ਅੱਲਾਹ ਤਾਲਾ ਕੋ ਮਾਫੀ ਮੰਗੀ ਦੀ ਆ ਕਿ ਯਾਰੇ ਕੋ ਹੋਣ ਨਹੀਂ ਕਰਨੀ ਇਸ ਵਾਸਤੇ ਗਲਤੀਆਂ ਇਨਸਾਨ ਕੋ ਹੁੰਦੀਆਂ ਕੋਈ ਬੰਦਾ ਤਕਬਰ ਨਾ ਕਰੇ ਕਿ ਮੈਂ ਗਲਤੀ ਨਾ ਕਰਦਾ ਮੈਂ ਬੜਾ ਸਿਆਣਾ ਨਾ ਹਰ ਬੰਦੇ ਕੋ ਗਲਤੀ ਦੀ ਹਰ ਇਨਸਾਨ ਕੋ ਹੁੰਦੀ ਹੈ ਲੇਕਿਨ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਪੋਜ਼ਿਟਿਵ ਬਿਹਤਰੀ ਮੁਹੱਬਤ ਪਿਆਰ ਜਿਹੜਾ ਨਾ ਲੱਗਦਿਆਂ ਲੀਨਿਆ ਦੋਸਤਾਂ ਚ ਔਰ ਜਿੰਨਾ ਜਿੰਨਾ ਮਤਲਬ ਇੱਕ ਸਾਰੇ ਮਾਮਲਾਤ ਇਹ ਸਾਰੀਆਂ ਚੀਜ਼ਾਂ ਸਿਆਸੀ ਤੌਰ ਤੇ ਸਾਰੀ ਪਿਆਰ ਮੁਹੱਬਤ ਹੋਣਾ ਚਾਹੀਦਾ ਮੁਲਕ ਤਰੱਕੀ ਕਰੇ ਜਿਸ ਘਰ ਚ ਆਦਮੀ ਵੱਡੀ ਹੋਵੇ ਪਈ ਉਹਦੇ ਵਿੱਚ ਬਰਕਤ ਉੱਠ ਜਾਂਦੀ ਹੈ ਜਿਸ ਘਰ ਚ ਆਦਮੀ ਵੱਡੀ ਪਵੇ ਤੇ ਮਤਲਬ ਯਾਰ ਇਹ ਤਰੁਰਾਂ ਨਾਲ ਝਗੜਾ ਪਏ ਤੇ ਬਰਕਤ ਕੀ ਹੋਣੀ ਤੇ ਬਰਕਤ ਕੋ ਨਹੀਂ ਇੱਕ ਮਸਬਤ ਹੈ ਨਾ ਗੱਲ ਕੁਰਾਨ ਦੇ ਕੁਰਾਨ ਮਤਲਬ ਤੇ ਹਦੀਸ ਦਾ ਵੀ ਮਾਮਲਾ ਹੈ ਇਹ ਕਿ ਝਗੜਾ ਜੇ ਉਹ ਝਗੜਾ ਖਤਮ ਕਰੋ ਚਾਹੇ ਤੁਹਾਨੂੰ ਨੁਕਸਾਨ ਹੋਵੇ ਤਾਂ ਵੀ ਤੁਸੀਂ ਝਗੜਾ ਖਤਮ ਕਰੋ ਮਤਲਬ ਪੱਲੇ ਉਹ ਦਿਓ ਦਿਓ ਨੁਕਸਾਨ ਕਰ ਲਓ ਅੱਲਾਹ ਰਸੂਲ ਵਾਸਤੇ ਝਗੜਾ ਖਤਮ ਇਸ ਵਾਸਤੇ ਝਗੜੇ ਜਿਹੜੇ ਨਹੀਂ ਰਹਿੰਦੇ ਫਾਇਦੇ ਕੋ ਨਹੀਂ ਇਹਦੇ ਬਰਕਤ ਹੀ ਕੋ ਨਹੀਂ ਇਸ ਵਾਸਤੇ ਬਰਕਤ ਵਾਲਾ ਕੰਮ ਕਰਦੇ ਆਂ ਬਹੁਤ ਪਿਆਰ ਵਾਲਾ ਕਰਨਾ ਸਾਰੇ ਸੀ ਪਾਕਿਸਤਾਨੀ ਆਂ ਸਾਰੀਆਂ ਪਾਰਟੀਆਂ ਆਪ ਵਿੱਚ ਪਿਆਰ ਮੁਹੱਬਤ ਵਾਲਾ ਮਾਮਲਾ ਚਲਾਓ ਤੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਮੇਰੀ ਵੀਡੀਓ ਤੁਸੀਂ ਪੂਰੀ ਵੇਦੇਓ ਤੇ ਸਬਸਕ੍ਰਾਈਬ ਚੈਨਲ ਤੁਸੀਂ ਮੈਨਾਂ ਕਰਦੇ ਹੋ ਔਰ ਅਗੋ ਦੋਸਤਾਂ ਨੇ ਕਹਿੰਦੇ ਹੋ ਗੋ ਮੇਰੀ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਤੁਸੀਂ ਮੈਨੂੰ ਫੋਨ ਕਰਦੇ ਹੋ ਤੁਸੀਂ ਮੈਨਾਂ ਪਿਆਰ ਕਰਦੇ ਹੋ ਮੈਂ ਤੁਹਾਡੇ ਨਾਲ ਵੀ ਟੁੱਟ ਕੇ ਪਿਆਰ ਕਰਨਾ ਅੱਲਾਹ ਤਾਲਾ ਮੇਰੇ ਪਾਕਿਸਤਾਨੀ ਐਂ ਮੇਰੇ ਪੰਜਾਬ ਨੂੰ ਦਿਨ ਰੁ ਦੁਗਣੀ ਰਾਤ ਚੁਗਣੀ ترقی ਦੇਵੇ ਤੇ ਖੁਸ਼ਹਾਲ ਰਹੋ ਤੇ ਕੋਈ ਗਲਤੀ ਮੇਰੇ ਕੋਲਤ ਮੈਨੂੰ ਮਾਫੀ ਦਿੱਤਾ ਕਰੋ ਮਾਫੀ ਚ ਰੱਖਿਆ ਕਰੋ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਅਸਲਾਮੁਅਲੈਕੁਮ ਵ ਰਹਿਮਤੁਲਲਾਹ